ਵੀਡੀਓ ਦੇਖਣ ਤੋਂ ਪਹਿਲਾਂ ਸੱਚ ਦਾ ਸੁਨੇਹਾ ਚੈਨਲ ਸਬਸਕ੍ਰਾਈਬ ਕਰੋ ਅਤੇ ਨਾਲ ਲੱਗੇ ਬੈਲ ਦੇ ਆਈਕਨ ਤੇ ਜ਼ਰੂਰ ਕਲਿੱਕ ਕਰੋ। ਬੀਤੇ ਮਹੀਨੇ ਅੰਮ੍ਰਿਤਸਰ ਤੋਂ ਨਵੀਂ ਇਨੋਵਾ ਕ੍ਰਿਸਟਾ ਗੱਡੀ ਦੇ ਲੁੱਟ ਖੋਹ ਮਾਮਲੇ ਵਿੱਚ ਬਟਾਲਾ ਪੁਲਿਸ ਦੀ ਵਿਸ਼ੇਸ਼ ਟੀਮ ਨੇ ਵੱਡੀ ਸਫਲਤਾ ਪ੍ਰਾਪਤ ਕਰਦਿਆਂ 3 ਦੋਸ਼ੀਆਂ ਨੂੰ ਅਸਲੇ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਸੰਬੰਧੀ SSP ਬਟਾਲਾ ਇੰਦਰਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਮੁਲਜ਼ਮਾਂ ਪਾਸੋਂ 3 ਪਿਸਤੌਲ, 12 ਜਿੰਦਾ ਰੋਂਦ ਤੇ 1 ਕ੍ਰਿਸਟਾ ਗੱਡੀ ਬਰਾਮਦ ਕੀਤੀ ਗਈ ਹੈ ਅਤੇ ਕਿਹਾ ਇਹਨਾਂ ਤੋਂ ਪੁੱਛਗਿੱਛ ਜਾਰੀ ਹੈ ਤੇ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ। ਅਸੀਂ ਅੱਜ ਕੱਲ੍ਹ ਅਰੈਸਟ ਕੀਤੇ ਨੇ 2 ਕਾਰ ਸਨੈਚਰ ਨੇ, ਜਿਨ੍ਹਾਂ ਨੇ ਪਿਛਲੇ ਮਹੀਨੇ ਅੰਮ੍ਰਿਤਸਰ ਤੋਂ 2 ਕਾਰਾਂ ਸਨੈਚ ਕੀਤੀਆਂ ਸੀ, ਜਿਹਦੇ ਵਿੱਚ ਇੱਕ ਨੋਵਾ ਸੀ ਉਹ ਬਟਾਲਾ ਪੁਲਿਸ ਵੱਲੋਂ ਪਹਿਲਾਂ ਹੀ ਰਿਕਵਰ ਕੀਤੀ ਗਈ, 1 ਕਰੇਟਾ ਇਹਨਾਂ ਕੋਲ ਹੁਣ ਰਿਕਵਰ ਹੋ ਗਈ। ਇਹਨਾਂ ਦੇ ਕੋਲੋਂ 2 ਸਾਨੂੰ ਪਿਸਟਲ ਮਿਲੇ ਨੇ। ਫਿਰ ਅੱਗੇ ਪੁੱਛਦੇ ਅਤੇ ਅਸਲੇ ਬਾਰੇ ਇਹਨਾਂ ਦੱਸਿਆ ਕਿ ਰਾਜਸਥਾਨ ਤੋਂ ਇੱਕ ਬੰਦਾ ਇੱਥੇ ਸਾਨੂੰ ਸਪਲਾਈ ਕਰਦਾ, ਫਿਰ ਉਹਨੂੰ ਆਇਡੈਂਟੀਫਾਈ ਕਰਕੇ ਉਹਨੂੰ ਵੀ ਅਰੈਸਟ ਕਰ ਲਿਆ। ਉਹਦੇ ਕੋਲ ਵੀ ਇੱਕ ਰਿਵਾਲਵਰ ਜਿਹੜਾ 32 ਦਾ ਮਿਲਿਆ। ਇਹਦੇ ਦੇ ਖਿਲਾਫ ਇੱਕ ਤਾਂ ਕੇਸ ਆਲਰੇਡੀ ਦਰਜ ਹੈ ਸਾਡੇ ਕੋਲ, ਜਿਹਦੇ 'ਚ ਇਨੋਵਾ ਕਾਰ ਰਿਕਵਰ ਹੋਈ ਅਤੇ ਪੁਲਿਸ ਇਨਕਾਊਂਟਰ ਹੋਇਆ ਸੀ। ਇੱਕ ਇਹਨਾਂ ਤੋਂ ਇਲਾਵਾ ਅੰਮ੍ਰਿਤਸਰ ਇਨੋਵਾ ਕਾਰ ਜਿੱਥੋਂ ਖੋਈ ਗਈ ਸੀ ਉਹ ਵੀ ਕੇਸ ਰਜਿਸਟਰ ਹੈ। 1 ਕਰੇਟਾ ਕਾਰ ਅੰਮ੍ਰਿਤਸਰ ਤੋਂ ਖੋਈ ਗਈ ਸੀ, ਉੱਥੇ ਵੀ ਕੇਸ ਰਜਿਸਟਰ ਹੈ। ਇਹਦੇ ਤੋਂ ਇਲਾਵਾ ਜਿਹੜਾ ਇਹਦੇ ਵਿੱਚ 2 ਫੜੇ ਗਏ ਨੇ, ਇੱਕ ਕਮਲਜੀਤ ਹੈ, ਇੱਕ ਨਿਰਮਲਜੀਤ ਹੈ। ਨਿਰਮਲਜੀਤ 'ਤੇ ਆਲਰੇਡੀ ਪਹਿਲਾਂ 2 ਕੇਸ ਰਜਿਸਟਰ ਨੇ। ਇਹ ਆਪਸ ਵਿੱਚ ਹੀ ਇਹਨਾਂ ਨੇ ਗੈਂਗ ਬਣਾਇਆ ਸੀ, ਜਿਹੜੀਆਂ ਕਾਰਾਂ ਖੋਹ ਕੇ ਅੱਗੇ ਵੇਚਣ ਦਾ ਕੰਮ ਕਰਦੇ। ਅਜੇ ਤੱਕ ਇਹਨਾਂ 2 ਗੱਡੀਆਂ ਖੋਈਆਂ ਸੀ, ਜਿਹੜੀਆਂ ਦੋਵੇਂ ਅਸੀਂ ਰਿਕਵਰ ਕਰ ਲਈਆਂ ਨੇ। ਇਹਨਾਂ ਦਾ ਇਹੀ ਮੋਡਸ ਆਪਰੈਂਡੀ ਸੀ, ਇਹਨਾਂ ਜੋ ਹੁਣ ਤੱਕ ਪੁੱਛ ਕੇ ਚਾਹੀ ਹੈ ਵੀ ਦਿੱਲੀ ਵੇਚਣੀਆਂ ਸੀ, ਉਹ ਬੰਦਾ ਜੇਲ੍ਹ 'ਚ ਜਿੰਨੇ ਅੱਗੇ ਵਿਕਵਾਉਣੀਆਂ ਸੀ ਉਹਨੂੰ ਅਸੀਂ ਪ੍ਰੋਟੈਕਸ਼ਨ ਵਿੱਚ ਲਿਆ ਰਹੇ ਹਾਂ। ਕਮਲਜੀਤ ਪਹਿਲਾਂ 2 ਕੇਸ ਉਹਦੇ 'ਤੇ, ਨਿਰਮਲਜੀਤ ਪਹਿਲਾਂ 2 ਕੇਸ ਰਜਿਸਟਰ ਹੈ, ਜਿਹਦੇ 'ਚ ਇੱਕ 420 ਦਾ, ਇੱਕ ਕੇਸ 'ਚੋਂ ਪਹਿਲਾਂ ਬਰੀ ਹੋ ਚੁੱਕਾ ਹੈ। ਉਹਦੇ 'ਚ ਇੱਦਾਂ ਸੀ ਜਦੋਂ ਇਹਨਾਂ ਕਰੇਟਾ ਕਾਰ ਖੋਈ ਹੈ ਪਹਿਲਾਂ ਅੰਮ੍ਰਿਤਸਰ ਤੋਂ, ਉਹ ਕਰੇਟਾ ਕਾਰ ਲੈ ਕੇ ਬਟਾਲੇ ਜ਼ਿਲ੍ਹੇ ਦੀ ਇਹਨਾਂ ਅਲੱਗ ਅਲੱਗ ਜਗ੍ਹਾ ਦੀ ਰੱਖੀ ਕੀਤੀ ਸੀ, ਕਈ ਜਗ੍ਹਾ 'ਤੇ ਆਏ ਨੇ, ਉੱਥੇ ਇਹਨਾਂ ਟਰਾਈ ਵੀ ਕੀਤੀ ਅਤੇ ਬਟਾਲਾ ਅਦਰਵਾਈਜ਼ ਇਹਨਾਂ ਦੇ ਟਾਰਗੇਟ 'ਤੇ ਵੀ ਜੇ ਕਾਰ ਖੋਣੀਆਂ ਜਾਂਦੇ ਅੰਮ੍ਰਿਤਸਰ ਤੋਂ ਖੋਣਗੇ ਜਾਂ ਬਟਾਲੇ ਤੋਂ। ਉਹਦੇ 'ਚ ਹੀ ਉਹਨਾਂ ਦਾ ਗਲੰਟੀ ਮੈਡਲ ਦਾ ਲਿਖ ਕੇ ਭੇਜਿਆ, ਉਹਨਾਂ ਦਾ ਕੇਸ ਆਲਰੇਡੀ ਮੂਵ ਕੀਤਾ। ਓਕੇ ਸਰ, ਇਹਦੇ 'ਚ ਸਾਡਾ ਜਿਹੜਾ ਪੁਲਿਸ ਇਨਕਾਊਂਟਰ ਹੋਇਆ ਸੀ ਇਹਦੇ 'ਚ ਸਾਡੇ DSP ਦੇ ਸੱਟ ਵੀ ਲੱਗੀ ਸੀ, ਉਹਦੀ ਬਾਂਹ ਫ੍ਰੈਕਚਰ ਹੋਈ ਹੈ, ਅਤੇ ਉਦੋਂ ਬਾਅਦ ਇਹਨਾਂ ਨੇ ਫਾਇਰ ਵੀ ਕੀਤੇ, ਪੁਲਿਸ ਪਾਰਟੀ ਨੇ ਵੀ ਫਾਇਰ ਕੀਤੇ। ਉਦੋਂ ਬਾਅਦ ਇੱਕ ਫੜਿਆ ਗਿਆ, ਉਹਦੇ 'ਚ ਉਹਨਾਂ ਨੂੰ ਜਿਹੜੀ ਬਹਾਦਰੀ ਉਹਦੇ ਬਾਰੇ ਅੱਜ ਪੇਸ਼ ਕਰ ਰਿਹਾ। ਬਟਾਲਾ ਤੋਂ ਜਤਿੰਦਰ ਕੁੰਡਲ ਦੀ ਰਿਪੋਰਟ, ਸੱਚ ਦਾ ਸੁਨਿਆ।